सरदार से ना जी, वो बहुत अच्छा अखलाक से, वो 42 पिंडां दा मालक सी, 42 पिंडां दा, ये 42 तां बोलदा सी मतलब उजाड़े पए ने ना जी। उदों फिर उजाड़े तो बाद अमन होया तो फिर जात उन्होंने मानता वापस दे के आया। उन्हां दा ना पोतरा आया सी पिछले साल, वो उत्थे अमेरिका दे विच डॉक्टर वड्डा, उहदी दादी ने उन्हें बकायदा ना तस्वीर दे के कल्या सी कि साड़ी फलाने थां कोठी है तो दाएं भी मोर है तो बाएं भी मोर है, विच दरवाजा इस तरह आसे पासे मोर की तस्वीर है, तो यह तू नक्शा लै जा, नक्शे के मुताबिक तू देखी कि वह मोर वाकई है सी। ते एदा दरवाजा है, देखो इस टाइम ये तूड़ी पई है, इस साइड ते भी नाल एक गुरुद्वारा है, लेकिन अंदर रहायश है जी। है गुरुद्वारे का बैरूनी मंजर है, ये बिल्कुल नाल ही जिहड़ा ना यह मंदिर मौजूद है। अस्सलाम वालेकुम दोस्तों, मैं इस टाइम मौजूद हाँ बताला झंडा सिंह, तो इतने एक मंदिर मौजूद है, तो नाल एक डेरा है, देखो जरा देखो छोटी इट का बनया अभी नाल गारे से चनाई हुई है। थोड़ा जिहा डैमेज होया, बाकी मंदिर अपनी हालत जिस तरह बनया उस तरह मौजूद है सारा, देखो जरा। तो यह दरवाजा है, यह अंदरूनी हिस्सा है, देखो इस टाइम ये तूड़ी पई है, जीते देखो मूर्तियां बनिया ने, साइड ते भी नीचे देखो ऊपर देखो नक्शे नकारी का काम हो, नाल एक गुरुद्वारा है, लेकिन अंदर रहायश है, ये वीडियो नहीं असं नहीं बना सकते, नाल एक छोटा जा कमरा है। जनाब गुरुद्वारा है, इतने भी छोटी इट का इस्तेमाल होया, नानक शाही इट जी नहीं कहने, जी है गुरुद्वारे का बैरूनी मंजर है, ये बिल्कुल नाल ही जिहड़ा ना यह मंदिर मौजूद है। नाल ही डेरा चाचू होर का, बकाया मालूमात अं चाचू होर को लेने हैं जी। चाचू जी इन किंदर हो गए तकरीबन बनया है, दस सकते हो? ठीक, इन दोवों च कि चीज़ पुरानी है? गुरुद्वारा पुराना, दोवें पुराने ने। तो इतने अक्सरीयत जी क्या पाकिस्तान तो पहले ज्यादा सिखा दी, इतों सारे हिजरत करके चले गए, इस टाइम कोई इतने सिख मौजूद नहीं है, साढ़े पिंड कोई नहीं आया, किला दरबार सिंह है। वैसे इतने सिख लोग आते हैं, इतने हिंदू लोग आते हैं, विसाखी आते हूँ तक आते रहते हैं, अजे भी आते हैं,
ਮੋੜ ਇਹਨਾਂ ਬਾਅਦ ਇਹਨਾਂ ਦਾ ਮਤਲਬ ਆਪਣਾ ਜੀ ਇਸ ਤਰ੍ਹਾਂ ਦੀ ਜੀ ਯਾਦਗਾਰ ਉਹਦਾ ਪਰਮਿਟ ਬਣਵਾ ਕੇ ਅਤੇ ਉੱਥੇ ਉਹਦੀ ਜ਼ਿਆਰਤਾਂ ਕਰਨਾ ਹੁੰਦਾ ਪਹਿਲੀ ਵਿਸਾਖੀ ਨੇ ਆਪਣੀ ਰਿਹਾਇਸ਼ ਹੁੰਦੀ ਸ਼ੁਰੂ ਤੋਂ ਨਹੀਂ ਜੀ ਅਸੀਂ ਉੱਧਰ ਦੇ ਉਦੋਂ ਕਿਹੜੇ ਸ਼ਹਿਰ 'ਚੋਂ ਆਏ ਤੁਸੀਂ ਇੱਥੋਂ ਅਤੇ ਨਾਭਾ ਪਟਿਆਲਾ ਇਹਨਾਂ ਤੁਹਾਡੇ ਜਿਹੜੇ ਵੱਡੇ ਵਡੇਰੇ ਨੇ ਉੱਧਰੋਂ ਆਏ ਹਾਂਜੀ ਅਸੀਂ ਜੰਪਾ ਵਾਲੇ ਇੱਥੋਂ ਦੇ ਹੀ ਅਤੇ ਇਹ ਤੁਸੀਂ ਵੇਖਿਆ ਇੱਥੇ ਕੋਈ ਮੂਰਤੀ ਵਗੈਰਾ ਲੱਗੀ ਹੋਈ ਹੈ ਟੱਲ ਵਗੈਰਾ ਜਿਹਨੂੰ ਕਹਿੰਦੇ ਨੇ ਆਪਣੀ ਹੋਸਟ ਲੱਗਾ ਵੇਖਿਆ ਸਾਂ ਚੀਜ਼ ਕੋਈ ਨਹੀਂ ਵੇਖੀ ਜਿਵੇਂ ਦਾ ਹੋਣੇ ਨਾ ਇਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਵੇਖਿਆ ਇਹਦੇ ਉੱਤੇ ਦੋ ਗਾਗਰਾਂ ਸਨ ਠੀਕ ਹੈ ਦੋਵਾਂ ਦੇ ਉੱਤੇ ਉਹਦੇ 'ਤੇ ਅਸੀਂ ਜਿਹੜੀ ਗਾਗਰ ਉਹਨੂੰ ਵੱਟਾ ਮਾਰਿਆ ਇਹਦੀ ਖੜਕਦੀ ਸੀ ਇੱਥੋਂ ਦਰਗਾਹੀ ਵਾਲੇ ਚਿੱਤਰੋਂ ਦਾ ਆਵਾਜ਼ ਜਾਂਦਾ ਸੀ ਇੰਨੀਆਂ ਇੰਨਾ ਉਹਦਾ ਆਵਾਜ਼ ਸੀ ਇਹਦੇ 'ਤੇ ਅਸੀਂ ਜਿਹੜੀ ਉਹ ਨਹੀਂ ਸੀ ਇੰਨੀ ਖੜਕਦੀ ਕਦੋਂ ਦੀ ਉਤਾਰੀ ਇਹਦੇ ਤੋਂ ਇਹ ਮੇਰੇ ਖਿਆਲ ਤੋਂ ਹੋਈ ਆ ਉਹਨਾਂ ਨੇ 40-45 ਸਾਲ ਦੀਵਾਰ ਸੀ ਕਿ ਸਾਡੇ ਪਿੰਡ ਤੋਂ ਉਹਨੇ ਛੇ ਮਹੀਨੇ ਵੱਢ ਕੇ ਅਤੇ ਉਹ ਲਾਹ ਛੱਡੀ ਅਤੇ ਹੋਰ ਕੀ ਹੈ ਪਿੰਡ ਦੇ ਬਾਰੇ 'ਚ ਕੋਈ ਦੱਸ ਸਕਦੇ ਹੋ ਸਕੂਲ ਜਿਹੜਾ ਇਹ ਕਿਵੇਂ ਪਾਕਿਸਤਾਨ ਤੋਂ ਪਹਿਲੇ ਦਾ ਕਿ ਬਾਅਦ ਦਾ ਨਹੀਂ ਇਹ ਕੱਲ੍ਹ ਬਣਿਆ ਜੀ ਹੁਣ ਬਣਿਆ ਹਾਂਜੀ ਜਿਵੇਂ ਸਕੂਲ ਪੁਰਾਣਾ ਨਹੀਂ ਹੈ ਪੁਰਾਣਾ ਨਹੀਂ ਸਕੂਲ ਪੁਰਾਣਾ ਪਿੰਡ ਹੈ ਠੀਕ ਮਸਜਿਦ ਦੇ ਨਾਲ ਠੀਕ ਜਿਹੜੀ ਮਸਜਿਦ ਹੈ ਨਾ ਆਪਣਾ ਉਸਮਾਨੀਆ ਜੀ ਇਹਦੇ ਨਾਲ ਸਕੂਲ ਪਹਿਲਾਂ ਪ੍ਰਾਇਮਰੀ ਸਾਲ ਸੀ ਫਿਰ ਉਹ ਮਿਡਲ ਬਣ ਗਿਆ ਠੀਕ ਉਹ ਫਿਰ ਬੱਚੀਆਂ ਨੂੰ ਹਾਲਾਂਕਿ ਇਹ ਬੱਚੀਆਂ ਦਾ ਸੀ ਸਕੂਲ ਠੀਕ ਬਾਹਰਲਾ ਉਹ ਫਿਰ ਪਿੰਡ ਵਾਲਿਆਂ ਨੇ ਮੁਤਫਿਕਾ ਫੈਸਲਾ ਕੀਤਾ ਇਹ ਕਿ ਬੱਚੇ ਬਾਹਰ ਜਾਣ ਬੱਚੀਆਂ ਪਿੰਡ ਜਾਣ ਇਹ ਫਿਰ ਮੁਤਫਿਕਾ ਫੈਸਲਾ ਜਿਹੜਾ ਨਾ ਮਨਜ਼ੂਰ ਹੋ ਗਿਆ ਨਾ ਉਹ ਫਿਰ ਬੱਚੀਆਂ ਨੂੰ ਸਕੂਲ ਪਿੰਡ ਵਾਲਾ ਦੇ ਦਿੱਤਾ ਨਾ ਅਤੇ ਬੱਚੇ ਫਿਰ ਉਹਨਾਂ ਨੂੰ ਬਾਹਰ ਕੱਢ ਅਤੇ ਜਿਹੜੀ ਹਵੇਲੀ ਸਰਦਾਰ ਸਾਹਿਬ ਦੀ ਉਹ ਅੱਜ ਕੱਲ੍ਹ ਕਿਸ ਤੌਰ 'ਤੇ ਇਸਤੇਮਾਲ ਹੋ ਰਹੀ ਹੈ ਸਰਕਾਰੀ ਤੌਰ 'ਤੇ ਕਿ ਵੈਸੇ ਨਹੀਂ ਉਹ ਮਦਰਸਾ ਬੱਚੀਆਂ ਪੜ੍ਹਦੀਆਂ ਨੇ ਨਾਦਰਾ ਤਰਜਮਾ ਤਰਸੀਮ ਮਤਲਬ ਪੁਰਾਣੇ ਪਾਕ ਦੀ ਤਾਲੀਮ ਉੱਥੇ 24 ਘੰਟੇ ਹੀ ਜਾਰੀ ਅਤੇ ਹਵੇਲੀ ਵੈਸੇ ਕਿਸ ਹਾਲਤ ਮੌਜੂਦ ਹੈ ਸਹੀ ਹਾਲਤ ਉਹਨਾਂ ਨੇ ਮੁਰੰਮਤ ਉਸ ਤੋਂ ਇਲਾਵਾ ਕੋਈ ਪੁਰਾਣੇ ਮਕਾਨ ਇੱਥੇ ਆਏ ਨਾ ਕੋਈ ਪੁਰਾਣੇ ਇਮਾਰਤ ਉਹਦੇ ਨਾਲ ਉਰਲੇ ਪਾਸੇ ਮਸਜਿਦ ਦੇ ਨਾਲ ਉਹ ਵੀ ਪੁਰਾਣੀ ਹੈ ਹਵੇਲੀ ਛੋਟੀਆਂ ਇੱਟਾਂ ਦੀ ਬਣੀ ਹੋਈ ਠੀਕ ਲਓ ਜੀ ਤੁਸੀਂ ਚਾਚੂ ਹੋਰ ਗੁਫ਼ਤਗੂ ਸੁਣੀ ਹੈ ਚਾਚੂ ਹੋਰ ਮਿਹਰਬਾਨੀ ਹੈ ਸਾਨੂੰ ਇਹ ਮੁਕੰਮਲ ਡਿਟੇਲ ਸੀ ਅਤੇ ਸਾਨੂੰ ਇਹ ਖੂਹ ਦੇ ਬਾਰੇ 'ਚ ਕੋਈ ਦੱਸ ਸਕੋ ਇਹ ਜਿਹੜਾ ਇਹ ਕੋਠੀ ਦੇ ਨਾਲ ਪਿਛਲੇ ਪਾਸੇ ਖੂਹ ਉੱਧਰ ਨਹੀਂ ਇਹ ਜਿਹੜਾ ਇਹ ਤਲਾਬ ਤਲਾਬ ਜੀ ਇਹ ਉਹਨਾਂ ਦਾ ਨਹਾਉਣ ਵਾਸਤੇ ਜਗ੍ਹਾ ਬਣੀ ਸੀ ਠੀਕ ਅੰਦਰ ਜਿਹੜਾ ਪਰਦਾ ਬਣਿਆ ਅੰਦਰ ਔਰਤਾਂ ਨਹਾਉਂਦੀਆਂ ਸਨ ਜੀ ਬਾਹਰਲੇ ਪਾਸੇ ਉਹਨਾਂ ਦੇ ਮਰਦ ਨਹਾਉਂਦੇ ਸਨ ਠੀਕ ਇੱਥੇ ਅੰਬ ਜਾਮ ਨੂੰ ਹਰ ਕਿਸਮ ਦਾ ਫਲ ਦੱਸਦੇ ਨੇ ਅਤੇ ਇੱਥੇ ਜਿਹੜੇ ਲੋਕ ਨਹਾਉਂਦੇ ਸਨ ਉਦੋਂ ਕਿਹਾ ਸਿਰਫ ਸਿੱਖਾਂ ਨੂੰ ਜਾ ਸਕੇ ਮੁਸਲਮਾਨ ਵੀ ਨਹਾ ਸਕਦੇ ਸਨ ਮੁਸਲਮਾਨ ਹੈ ਸੀ ਕੋਈ ਉਹਨਾਂ ਦੇ ਮੁਸਲਮਾਨ ਨਹਾਉਣਾ ਕੀ ਸੀ ਉਹਨੇ ਕਿਹੜਾ ਕੋਈ ਇੱਥੇ ਇਬਾਦਤ ਉਹਨਾਂ ਦੀ ਕਰਨੀ ਸੀ ਨਹੀਂ ਇਹ ਪਿੰਡ 'ਚ ਵੈਸੇ ਪਾਕਿਸਤਾਨ ਤੋਂ ਬਣਨ ਤੋਂ ਪਹਿਲੇ ਮੁਸਲਮਾਨ ਮੌਜੂਦ ਨਹੀਂ ਸੀ ਸਿੱਖੀ ਸਨ ਮੇਰਾ ਵੀ ਅਤੇ ਕੋਈ ਸਾਡੇ ਵੱਡੇ ਵੱਡੇ ਦੱਸਦੇ ਹੋਣਗੇ ਇੱਥੇ ਰਹਿਣ ਸਹਿਣ ਕਿਹਾ ਸੀ ਆਪਸ ਵਿੱਚ ਇਹਨਾਂ ਦਾ ਯਾਨੀ ਸਲੂਕ ਦਿਖਾ ਕੇ ਉਹ ਜਿਹੜੇ ਸਿੱਖ ਸਰਦਾਰ ਸੀ ਨਾ ਜੀ ਉਹਦਾ ਬਹੁਤ ਅੱਛਾ ਅਖਲਾਕ ਸੀ ਉਹ 42 ਪਿੰਡਾਂ ਦਾ ਮਾਲਕ ਸੀ ਉਹ 42 ਪਿੰਡਾਂ ਦਾ ਇਹ 42 ਤਾਂ ਬੋਲਦਾ ਸੀ ਠੀਕ ਜਿਹੜਾ ਦਮ ਉਹ ਗੱਲਾਂ ਆਉਂਦਾ ਸੀ ਨਾ ਉਹ ਵੱਡੀ ਹਵੇਲੀ ਦੇ ਵਿੱਚ ਜਮ੍ਹਾਂ ਕਰਦਾ ਸੀ ਕਿ ਜਿਹੜੀਆਂ ਔਰਤਾਂ ਬੇਵਾਹ ਹੋ ਜਾਂਦੀਆਂ ਸਨ ਨਾ ਬੱਚੇ ਯਤੀਮ ਹੋ ਜਾਂਦੇ ਸਨ ਉਹਨਾਂ ਦੀ ਉਹ ਮਦਦ ਬੜੀ ਕਰਦਾ ਜਾਨੀ ਕਿ ਗਰੀਬ ਲੋਕਾਂ ਦੇ ਹੱਕ ਵਿੱਚ ਉਹ ਅੱਛੇ ਸਨ ਬਹੁਤ ਅੱਛਾ ਇਹ ਜਿਹੜਾ ਨਾਲ ਹਵੇਲੀ ਹੈ ਇਹ ਬਾਬਾ ਜੀ ਇਹ ਉਹਨਾਂ ਦਾ ਮੁਨਸ਼ੀ ਸੀ ਇਹ ਜਦੋਂ ਮਤਲਬ ਉਜਾੜੇ ਪਏ ਨੇ ਨਾ ਜੀ ਉਦੋਂ ਫਿਰ ਉਜਾੜੇ ਤੋਂ ਬਾਅਦ ਅਮਨ ਹੋਇਆ ਤਾਂ ਫਿਰ ਜਾ ਕੇ ਉਹਨਾਂ ਦੀਆਂ ਅਮਾਨਤਾਂ ਵਾਪਸ ਦੇ ਕੇ ਇੱਥੋਂ ਬਕਾਇਦਾ ਲੱਕੜ ਦੇ ਸੰਦੂਕ ਬਣਵਾ ਕੇ ਜਿਵੇਂ ਉਹ ਤਬਲੀਗੀ ਜਮਾਤ ਵਾਲੇ ਮਗਰ ਬਿਸਤਰੇ ਬੰਨਦੇ ਨੇ ਨਾ ਇਸ ਤਰ੍ਹਾਂ ਬਿਸਤਰਾ ਬੰਨ ਕੇ ਅਤੇ ਜਾ ਕੇ UPCP ਫਿਰ ਦੇਹਰਾਦੂਨ ਜਾ ਕੇ ਉਹਨਾਂ ਦੀਆਂ ਮਾਨਤਾਂ ਦੇ ਕੇ ਆਇਆ ਬੜੀ ਗੱਲ ਹੈ ਕਿਸੇ ਦੀ ਮਾਨਤ ਵਾਪਸ ਕਰਨੀ ਵਰਸੀ ਡੇਢ ਮੰਨ ਦੋ ਮੰਨ ਵਰਸੀ ਅਤੇ ਇਹ ਮੌਜੂਦ ਇਸ ਟਾਈਮ ਉਹ ਜਿਹੜੀ ਫੈਮਿਲੀ ਹੈ ਇੰਡੀਆ 'ਚ ਕਿਹੜੇ ਸ਼ਹਿਰ 'ਚ ਰਹਿੰਦੇ ਨੇ ਉਹ ਇੱਧਰ ਨਾ ਦੇਹਰਾਦੂਨ ਫਿਰ ਦੱਸਦੇ ਨੇ ਵੀ UPCP ਦਾ ਇਲਾਕਾ ਅੱਗੇ ਉਹਨਾਂ ਦਾ ਨਾ ਪੋਤਰਾ ਆਇਆ ਸੀ ਪਿਛਲੇ ਸਾਲ ਉਹ ਇਹ ਉੱਥੇ ਅਮੈਰੀਕਾ ਦੇ ਵਿੱਚ ਡਾਕਟਰ ਵੱਡਾ ਉਹਦੀ ਦਾਦੀ ਨੇ ਉਹਨੂੰ ਬਕਾਇਦਾ ਨਾ ਤਸਵੀਰ ਦੇ ਕੇ ਘੱਲਿਆ ਸੀ ਕਿ ਸਾਡੀ ਫਲਾਣੇ ਥਾਂ ਕੋਠੀ ਹੈ ਅਤੇ ਦਾਏਂ ਵੀ ਮੋਰ ਹੈ ਅਤੇ ਬਾਏ ਵੀ ਮੋਰ ਹੈ ਵਿੱਚ ਦਰਵਾਜ਼ਾ ਇਸ ਤਰ੍ਹਾਂ ਆਸੇ ਪਾਸੇ ਮੋਰ ਦੀ ਤਸਵੀਰ ਹੈ ਅਤੇ ਇਹ ਤੂੰ ਨਕਸ਼ਾ ਲੈ ਜਾ ਅਤੇ ਨਕਸ਼ੇ ਦੇ ਮੁਤਾਬਕ ਤੂੰ ਦੇਖੀ ਕਿ ਉਹ ਮੋਰ ਵਾਕਈ ਹੈ ਸੀ ਸਾਨੂੰ ਵੀ ਉਹਦੇ ਆਉਣ ਨਾਲ ਹੀ ਪਤਾ ਲੱਗਿਆ ਹਾਲਾਂਕਿ ਸਾਨੂੰ ਵੀ 60 ਸਾਲ ਹੋ ਗਏ ਨੇ ਇੱਥੇ ਆਇਆ ਮੈਨੂੰ ਉਮਰ ਮੇਰੀ 60 ਸਾਲ ਦੇ ਨਜ਼ਦੀਕ ਆਇਆ ਬਸ ਹਾਂ ਉਹ ਮੋਰ ਵੇਖੀ
ਨਾਲਾ ਸੀ ਵੀ ਉਹ ਮੋਰਾਂ ਦੀਆਂ ਤਸਵੀਰਾਂ ਵੇਖ ਲਈਆਂ ਨੇ। ਜਿਹੜੀ ਬਾਰਾਂ ਦਰੀ ਹੈ ਨਾ ਜੀ, ਇੱਥੇ ਵੀ ਰਿਹਾਇਸ਼ ਹੈ, ਇੱਥੇ ਉਹਦੀ ਕਚਹਿਰੀ ਲੱਗਦੀ ਸੀ, ਉਹ ਮੁਜਰਮ ਨੂੰ 6 ਮਹੀਨੇ ਸਜ਼ਾ ਦੇ ਸਕਦਾ ਸੀ ਆਪ, ਯਾਨੀ ਕਿ ਇਨਸਾਫ ਸਹੀ ਤਰੀਕੇ ਨਾਲ ਕਰਦੇ ਸਨ, ਕੋਈ ਮਾੜਾ ਕੋਈ ਤਗੜਾ। ਗਰੀਬ ਦੇ ਹੱਕ 'ਚ ਬਹੁਤ ਅੱਛਾ ਆਦਮੀ ਸੀ, ਅਤੇ ਫਿਰ ਜਿਹੜਾ ਗਰੀਬ ਦਾ ਗਾਣਾ ਗਾਵੇ ਅਤੇ ਉਹ ਫਿਰ ਉਹਦੇ ਨਾਂ ਦੇ ਚਰਚੇ ਵੀ ਤਾਂ ਫਿਰ ਹੁੰਦੇ। ਕੋਈ ਹੋਰ ਅਗਰ ਕੋਈ ਮਾਲੂਮਾਤ ਹੋ ਸਕਦੀ ਤਾਂ ਮੈਨੂੰ ਦੱਸ ਸਕਦੇ ਹੋ ਤੁਸੀਂ? ਸਾਨੂੰ ਤਾਂ ਇੰਨਾ ਹੀ ਪਤਾ ਵੀ ਉਹਦੀਆਂ 2 ਸ਼ਾਦੀਆਂ ਸਨ। ਠੀਕ। ਪਹਿਲੀ ਸ਼ਾਦੀ 'ਚੋਂ ਵੀ ਔਲਾਦ ਕੋਈ ਸੀ ਜੀ, ਦੂਸਰੀ ਸ਼ਾਦੀ ਜਦੋਂ ਕੀਤੀ ਉਦੋਂ ਫਿਰ ਹੱਲਾ ਗੁੱਲਾ ਪੈ ਗਿਆ, ਉਜਾੜਾ ਪੈ ਗਿਆ ਜੀ, ਉਹਦੇ 'ਚੋਂ ਵੀ ਔਲਾਦ ਕੋਈ ਨਹੀਂ ਸੀ। ਅਤੇ ਇਹ ਫਿਰ ਜਿਹੜੀ ਜਿੱਤ ਉਹਦੀ ਜਾਇਦਾਦ ਸੀ ਉਹ ਆਪਣੀ ਮਹਿਕਮਾ ਯਤੀਮ ਖਾਨੇ ਨੂੰ ਦੇ ਗਿਆ ਸੀ। ਠੀਕ। ਮੇਰਾ ਕਿਹਨੇ ਖਾਣਾ, ਮੈਂ ਯਤੀਮਾਂ ਨੂੰ ਮਾਰ ਦੇ ਫਿਰ ਬਣ ਗਿਆ। ਸ਼ੁਕਰੀਆ।